ਸਸਕਾ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਈ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਅਤੇ ਪਿੰਡ ਸ਼ਿਕਾਰ ਮਾਛੀਆਂ ਪਹੁੰਚ ਚੁੱਕੇ ਜੀ ਆਪਾਂ ਬਾਈ ਜੋਮਰ ਸਿੰਘ ਕੋਲ ਜੀ ਅਤੇ ਦੇਖੋ ਅੱਜ ਵੀ ਬਾਈਆਂ ਨੇ 4-5 ਲਗਭਗ ਗਾਵਾਂ ਲੈ ਕੇ ਆਉਂਦੀਆਂ ਚਲੋ ਪਿਛਲਾ ਮਾਲ ਦਾ ਸਾਰਾ ਸੇਲ ਹੋ ਚੁੱਕਿਆ ਅਤੇ ਅੱਜ ਫਿਰ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਵੀਰ ਜੀ ਕੀ ਹਾਲ ਜੀ ਗਰਲੈਂਡੋ ਹਾਂਜੀ ਗਰਲੈਂਡੋ ਚੱਲ ਗਈ ਵੀਰ ਜੀ ਹਾਂਜੀ ਉਹ ਨਾ ਪਹਿਲੇ ਫੋਨ ਤੇ ਚੱਲ ਗਈ ਵੀਰ ਹੋਣੀ ਬਾਬਾ ਮੱਗਾ ਜੀ ਇਹਨਾਂ ਇੱਥੋਂ ਚਲਪੜੀਆਂ ਤੋਂ ਉਹਨਾਂ ਨੇ ਖੜੀ ਹੈ ਬੱਚੀ ਹਾਂਜੀ ਹਾਂਜੀ ਵੀਰ ਜੀ ਆਪਣੇ ਮਾਲ ਜੋ ਖਲੋਤੇ ਉਹਨਾਂ ਨੂੰ ਗੱਡੀ ਦੇ 5000 ਰੁਪਏ ਵਿੱਚ ਹੀ ਤਾਂ ਮਿਲਦਾ ਹੈ ਨਸਲ ਦੀ ਸਾਜੀ ਹਾਂਜੀ ਬਹੁਤ ਜ਼ਿਆਦਾ ਫੋਨ ਆਇਆ ਵਿੱਚ ਦਾ ਉਸ ਵੇਲੇ ਵੇਖੀ ਆ ਸਾਡੇ ਹਾਂਜੀ ਚਲੋ ਹੋਰ ਬਾਸ ਵਧੀਆ ਵੀਰ ਜੀ ਅੱਜ ਫਿਰ ਅੱਜ 4 ਨੇ ਮੱਛੀਆਂ ਆਪਣੇ ਕੋਲ 2 ਜਰਸੀਆਂ ਹਾਂਜੀ 2 ਜਰਸੀਆਂ ਜੀ ਤੇ ਦੋ ਇੱਕ ਉਹ ਵਿੱਚ ਇੱਕ ਤੇ ਆ ਡੱਬੀ ਬੈਠ ਅਲੀ ਸ਼ੁਰੂ ਜੀ ਹਾਂਜੀ ਆਜੋ ਇੱਧਰ ਹੀ ਆਉਂਦਾ ਗੱਬਣਾ ਹੀ ਸਾਰੀਆਂ ਹਾਂਜੀ ਆ ਤੇ ਇਹਨਾਂ ਗੱਬਣਾ ਨਹੀਂ ਹਾਂਜੀ ਆ ਵਿੱਚ ਲੀਸ ਹੋਈ ਹੈ ਇਹ ਜੀ ਇਹ ਵੀਰ ਜੀ ਦੂਜੇ ਸੂਹੇ ਵਛੀ ਸੁਣੀ ਹੈ ਸੁਣੀ ਹੈ ਹਾਂਜੀ ਦੁੱਧ ਬਾਕੀ ਵੀਰ ਜੀ ਲੇਵਾ ਕੋ ਵੇਖ ਲੈ ਆਪਣਾ ਆਪਣੀ ਦੂਜਾ ਆਪ ਜਿਹਨੂੰ ਵਰਖਾ ਹੋ ਵੇਖ ਲੈ ਕਿੰਨਾ ਇਹਨੇ ਕੱਢਣਾ ਕਿੰਨਾ ਨਹੀਂ ਠੀਕ ਹੈ ਨਾ ਜਿਹਨੂੰ ਵਰਖਾ ਹੋ ਵੇਖ ਲੈ ਆਪਾਂ ਮੇਰੇ ਕਿਹਾ ਕਿਹਨੇ ਲੈ ਆ ਬਿਲਕੁਲ ਸਹੀ ਗੱਲ ਹੈ ਸਿੱਧੀ ਜਿਹੜੀ ਗੱਲ ਲਓ ਜੀ ਵੇਖੋ ਬਰਾ ਜੀ ਜਰਸੀ ਵੇੜ ਤੇ ਦੇਖੋ ਆ ਫੜੀ ਹੋ ਗਈ ਆ ਜਾ ਮੰਮੂ ਮਾ ਦਿਖਾਓ ਮੜਾ ਵੀਰੇ ਬਸ ਤੋਰੋ ਜੀ ਤੋਰੋ ਹਾਂਜੀ ਫਿਰ ਮੁੱਲ ਵੀਰ ਜੀ ਹਜੇ ਵਿੱਚ ਦਾ 60-60 ਕਰਦੇ ਜੈ ਜੀ ਜਾਂਦ ਮੁੱਲ ਇਹਦਾ 60 ਕਰ ਲਈਏ 55 ਕਰ ਲਈਏ 50 ਕਰ ਦਈਏ ਹਾਂ ਨਾ 45000 ਸਿੱਧੂ ਕੱਟਨੇ 2000 ਰੁਪਏ ਛੋੜ ਦਿੰਦੇ 43 ਜੀ ਜਾਂਦ ਪੂਰੇ ਨੇ ਕਰ ਦਈਏ 40 ਲੈ ਲੋ ਧੱਕਾ ਜਾਂਦ ਕੋਈ ਧੱਕਾ ਨਹੀਂ ਉਹ ਜਾਂਦ ਆ ਜਾਓ ਇਧਰ ਆ ਜੇ ਇਹ ਵੀਰ ਜੀ ਇਹ ਵੀ ਦੂਜੇ ਸੂਹੇ ਸੋਣੀ ਹੈ ਛਿੱਗੀ ਵਛੀ ਹੈ ਠੀਕ ਆ ਹਾਂਜੀ ਪਿਓਰ ਜਰਸੀ ਹੈ ਵਛੀ ਇਹ ਦੁੱਧ ਕਿੰਨਾ ਕਰ ਜੂ ਤੁਹਾਡਾ ਸੁਣੋ ਦੁੱਧ ਘਰ ਵਾਲੇ ਕਹਿੰਦੇ ਆਪਾਂ 16-17 ਕਿਲੋ ਪਹਿਲੇ ਸੂਏ ਵਿੱਚ ਹੀ ਐਰਕਾ 20 ਕਿਲੋ ਫਾਇਦਾ ਨਹੀਂ ਆਣਾ ਬਾਕੀ ਆਪ ਕੋ ਵੇਖ ਕੇ ਲਾੜੇ ਮੇਰਾ ਖੋਲੋ ਵੀਰ ਜੀ ਨੂੰ ਮੇਰੇ ਕਹਿਣ ਵਾਲੇ ਲੋ ਠੀਕ ਹੈ ਜਰਸੀ ਜਰਸੀ ਕਰਦੇ ਆ ਬੰਨੀ ਬੈਠੇ ਜਰਸੀ ਅੰਦਰ ਲੈ ਆ ਕੇ ਮੂੰਹ ਮਾ ਦਾ ਹੋਬਰੇ ਬਣਾ ਦੇਖੀ ਚਲੋ ਕਰਾ ਜੇ ਵੈਣ ਪੂਰਾ ਬੰਨਾ ਪੱਛੀ ਬਹੁਤ ਜ਼ਿਆਦਾ ਬੰਦੀ ਹੈ ਆਪਣਾ ਕੋ ਜਿਹਦੇ ਕੋ ਉਹਨੇ ਆਪ ਹੀ ਖਲਾਈ ਹੈ ਗਾਹ ਦੇ ਤੌਰ ਦੇ ਵਿੱਚ ਹਾਂਜੀ ਫਿਰ ਵੀਰ ਜੀ ਇਹੋ ਜਿਹੀ ਵਿਛੀ ਦਾ ਲੱਖ ਰੁਪਈਆ ਮੰਗਦੇ ਵਹਿਰ ਦਾ ਮੁੱਲ ਭਾਵੇਂ ਇਹਦਾ 75 ਕਰ ਲਓ 70-65 ਦੀ ਦੇ ਦਾਂਗੇ ਵਿੱਚ ਖਾਣ ਬਹੁਤ ਚੰਗਾ ਲੱਗਾ ਠੰਡੀ ਧੀਰੀ ਥੱਲੇ ਬਹਿ ਜਾਓ ਲਓ ਜੀ ਵੇਖੋ ਕਿੰਨਾ ਕਰ ਜੂ ਬਾਈ ਤੁਹਾਡਾ ਸਾਰਾ ਜੀ ਦੁੱਧ ਦੁੱਧ ਵਿੱਚ 18 ਕਿਲੋ ਦਊਗੀ ਯਾਰ 18 ਕਿਲੋ ਹਾਂਜੀ ਲੈ ਜੀ ਬਹੁਤ ਚਵਾ ਜੂਗਾ ਆਹ ਉਸ ਮੋੜ ਰੋਏ ਲੈ ਕੇ ਪੱਗ ਮੋ ਤੋੜ ਕੇ ਲੈ ਆਉਂਦੇ ਆ ਜਾ ਚੁਆਈ ਵਧੀਆ ਜੇ ਹੋਣੀ ਬਹੁਤ ਵਧੀਆ ਜੀ ਤੇ ਇੰਦੀ ਬਰੇ ਕੀਮਤ ਹੈ ਇਹਦਾ ਮੁੱਲ ਵੀਰ ਜੀ ਭਾਵੇਂ 65 ਕਰਾ ਲਓ 60-55000 ਦੀ ਇਹ 55 ਹਾਂ ਨਾ ਨਾ ਹੀ ਹੋਣੀ ਹੈ ਬਈ ਚਲੋ ਹਾਂਜੀ ਬਾਕੀ ਕਰਦੇ ਮੌਕੇ ਛੋੜ ਸਹੀ ਆਹਾ ਇਹ ਪਹਿਲਾ ਸੂਆ ਵਿੱਚੀ ਸੋਣ ਵਾਲੀ ਹੈ ਦੋ ਦੰਦ ਵਿੱਚੀ ਅੱਛਾ ਪਹਿਲਾ ਸੂਆ ਦੋ ਦੰਦ ਇਹ ਵੀ ਖੋਲੀਏ ਇਹ ਬੱਤੀ ਨਾ ਲੱਗਣਾ ਹੀ ਦਿੱਤਾ
ਹਾਂਜੀ ਭਾਈ ਜੋ ਵੀ ਲਾਸਟ ਵਿੱਚ ਰਹਿ ਗਿਆ ਹੁਣ ਦੇਖ ਲਓ ਤੁਸੀਂ ਦੱਸ ਦਿਓ ਸਾਰੇ ਦੱਸ ਦਿਓ ਮੱਛੀ ਦੇ 1.5 ਲੱਖ ਦੀ ਹੈ ਜੇ ਕੇ ਚੰਗੇ ਬੰਦੇ ਹੋਏ ਤੇ ਆਪਾਂ ਚੰਗੇ ਆ ਆਪਾਂ ਵੀਰ ਜੀ ਅਜੇ ਤਾਂ ਮੁੱਲ ਨਹੀਂ ਕਰਨਾ ਇਹਨਾਂ ਮੁੱਲ ਨਹੀਂ ਇਹਨਾਂ ਕਰਨਾ ਆਪਾਂ ਚੰਗੇ ਵਾਲਾ ਮੁੱਲ ਵਸ਼ੀ ਦਾ ਭਾਵੇਂ 80 ਕਰ ਲਈਏ 75 70,000 ਦੀ ਵਸ਼ੀ ਦੇ ਤਾਂ ਆਪੀ ਛੱਡ ਦੋ 5,000 ਰੁਪਿਆ 65,000 ਦੀ ਵਸ਼ੀ ਦੇਣੀ ਦੋ ਹੀ ਹੋਰ ਛੱਡ ਦੋ ਚਲੋ ਠੀਕ ਹੈ ਚਲੋ ਬਸ ਚਾਰ ਬੈਣਾ ਤੇ ਮੇਰਾ ਵੀਰ ਚੈੱਕ ਕਰਕੇ ਪਾਸ ਕਰ ਗਿਆ ਕਹਿੰਦੇ ਜੀ ਹਾਂਜੀ ਹਾਂਜੀ बस वधिया वीर जी वीर जी कमेंट वधिया वधिया करो मेरा वीर कमेंट ना कोई गल नहीं नहीं वीर जी करन दो मैं ते कहंदा एक वीर ने ना थल्ले लिखया एक गर्लैंडो नहीं है मैं कहया भी वीर मेरी गल सुन मैनू ते इन्ना पता नहीं ते मेरा वीर मैं घर बैठा ना ते तू आप ही माल भेज देगा नहीं मैनू ते इन्ना ब्रीड दा पता नहीं शायद तेनू पता कि नहीं हां आपां नू मैं कहया पता सी जेड़ी गर्लैंडो चीज जेड़ी हां जी वीर जी जिन्नू परख उहने लैणी है दूजे ने कमेंट करी जाने कोई फायदा नहीं लै गया भाई जी ओ वीर जी पागल थोड़ा जिने खड़ी है नंबर 8,51 नाम जोवनप्रीत पिंड शिकार माशिया।